माता जी का भी रो रो के बुरा हाल है, इतना भी मैसेज का भी बहुत ही बुरा हाल है। ਗਾਰੀ ਚ ਜਾ ਕੇ ਉੱਥੇ ਗੱਲ ਕਰਕੇ ਦੁੱਧ ਦੀ ਗੱਲ ਕਰਕੇ ਵੀ ਦੁੱਧ ਚਾਹੀਦਾ। ਹਾਂ ਦੁੱਧ ਦੇ ਜਵਾਬ ਨਹੀਂ ਦਿੱਤਾ ਤੁਸੀਂ, ਉਹ ਤਾਂ ਇਹ ਕਾਰਨ ਨਹੀਂ ਨਾ ਬਣਦੇ ਭਾਈ। ਤੁਸੀਂ ਪਿੰਡੋਂ ਹੀ ਆ? ਹਾਂ ਮੇਰੇ ਸਾਹ ਦੇ ਸਕਿਆਂ ਤੋਂ ਆ। ਕੀ ਤੁਹਾਨੂੰ ਕੀ ਲੱਗਦਾ ਯਾਰ ਕੌਣ ਆਉਂਦਾ? ਕੋਈ ਨਹੀਂ, ਹੌਸਲਾ ਰੱਖੋ ਯਾਰ। ਹੁਣ ਗੱਲ ਇਹ ਹੈ ਵੀ ਐਡੀ ਵਾਰਦਾਤ ਹੋਣੀ ਕੋਈ ਬਿਲਕੁਲ। मैं डायरी वाले जिन्हें बंदे उन्होंने गलबात की है, होर सारे पिंड मिले हैं, कितने पहले काम करते रहे उन्होंने बंद गलबात हुई है, कितने भी कोई यह पॉइंट नहीं आ रहा कोई रंजिश वाला। रेडी वारदात जो बिना रंजिश तो ना होंगी गोली मारती मतलब थोड़ा लगता की है भी की हो सकता जी ये पिछले कारण की है मसला तो है जी बी पता नहीं यह क्या गल हुई है। बंदा बड़ा साऊ बंदा है, कोई भी जिद नहीं किसी गल, साऊ बंदा भला मानसा, कोई रंजस नहीं, किसी का माड़ा नहीं करे जिंदगी च, साऊ सुभा का किसी कुत्ते डंडा नहीं मारिया होना। ये पता नहीं क्या गल हुई है क्या नहीं, रब जानता हूँ भी यह जे भगत बंदे जे कोई मारता फिर तो साडा रहन का क्या, इतने दुनिया च क्या बनूगा, हाल क्या होगा पंजाब का, ये घर के मूहरे आके बंदे मार जान, किड्डी माड़ी गल आ, शर्म वाली गल आ बहुत बड़ी है साढ़े इतने प्रशासक की। क्या भी इन्हों बंद नहीं पता लगता बंदे गैर और कौन फिरते हैं कौन आता है खेती बाड़ी करते थे, गायां दा दुध डेयरी च दुध पा के घर नूं आ रहे थे उस टाइम। नाम की जी इन्हां दा? अवतार सिंह। अवतार सिंह सर तुहाडा शुभ नाम जी? मेरा नाम कुलविंदर सिंह है। तुहाडे पिंड दे ही है ना? पिंड दे हां जी, साढ़े सके हां असीं आप च। अच्छा तुहाडे की लगदे रिलेटिव? मेरा भतीजा लगदा था जी। किन्नी एज किन्नी है जी इन्हां दी? ਇਹਨਾਂ ਦੀ ਏਜ ਵੀ ਹੋ ਗਈ ਤਕਰੀਬਨ 60 ਤੇ ਥੱਲੇ, 58 ਦੇ ਬਾਅਦ ਰਿਟਾਇਰ ਹੋਏ 2 ਮਹੀਨੇ ਹੋ ਲਾਂਗੇ ਉੱਪਰ। ਥੈਂਕ ਯੂ ਜੀ। 8 बजे तो पहला हुंदा जी सर, 8:16 ते तां सिथे जा रहे सी जी हस्पताल। ਤੁਹਾਡੇ ਜਿਹੜੇ ਘਰਦਿਆਂ ਨੂੰ ਗੋਲੀਆਂ ਵੱਜੀਆਂ ਗਈਆਂ ਇਹ ਤੁਹਾਡੇ ਘਰ ਦੇ ਬਾਹਰ ਹੀ ਹੋਈਆਂ ਜਾਂ ਕਿਤੇ ਬਾਹਰ ਕਿਤੇ? ਹਾਂਜੀ ਬਾਹਰ ਗੇਟ ਮੂਰੇ ਜੀ। ਤੇ ਉਹ ਕਿੱਥੇ ਗਏ ਸੀ ਜੀ? ਦੁੱਧ ਪਾਉਣ ਗਏ ਸੀ ਜੀ। ਦਾ ਕੀ ਲੱਗਦਾ ਕੀ ਹੈ ਜੀ, ਕੋਈ ਰੰਜਿਸ਼ ਦਾ ਮਾਮਲਾ ਲੱਗਦਾ ਤੁਹਾਨੂੰ? ਪਤਾ ਨਹੀਂ ਜੀ ਕਿਹਨੂੰ ਗੋਲੀਆਂ ਮਾਰ ਕੇ ਗਏ, ਜਿੰਨੀਆਂ ਇਕੱਠੀਆਂ ਮਾਰੀਆਂ ਨੇ ਰਗਦੀ ਤਾਂ ਰੰਜਿਸ਼ ਹੈ ਜੀ। ਕਦੇ ਤੁਹਾਡੇ ਨਾਲ ਇਹ ਜ਼ਿਕਰ ਕਰਿਆ ਵੀ ਮੈਨੂੰ ਕਿਸੇ ਤੋਂ ਖਤਰਾ ਹੈ? ਨਹੀਂ ਜੀ, ਅੱਜ ਤੱਕ ਕਦੇ ਨਹੀਂ ਜੀ ਕਰਿਆ ਜੀ। ਨਹੀਂ ਜੀ। ਤੁਸੀਂ ਕਰੇ ਜੀ? ਹਾਂਜੀ ਮੈਂ ਰਸੋਈ 'ਚ ਸੀ ਜੀ, ਜਦੋਂ ਇੰਨੇ ਦਗੜ ਦਗੜ ਮੈਂ ਜਦੋਂ ਭੱਜ ਗਈ ਜਾਂ ਰੌਲਾ ਜਿਹਾ ਮੈਨੂੰ ਲੱਗਿਆ। ਰਾਤ ਅਪਸੈਟ ਤਾਂ ਨਹੀਂ ਲੱਗ ਰਹੀ ਸੀ ਰਾਤ? ਨਹੀਂ ਜੀ, ਐਂ ਤਾਂ ਹੁਣ ਤਕਰੀਬਨ ਅੱਜ ਤਾਂ ਉੱਠੀ ਹੋ ਜਾਂਦੇ ਜੀ, ਡੰਗਰ ਰੱਖੇ ਹੋਏ ਜੀ, ਦੇਖਣੇ ਹੁੰਦੇ ਆ ਘੜੀ ਘੜੀ, ਫਿਰ ਗੋਲੀ ਲੈ ਲੈਂਦੇ ਜੀ ਸਿਟਰਾਜਿਨ ਦੀ ਲੈ। ਸਵੇਰੇ ਨੋਰਮਲ ਸੀਗੇ ਜੀ? ਹਾਂਜੀ ਰਾਤ ਫਿਰ ਦਵਾਈ ਲਈ ਸੀ ਜੀ, 2:30 ਵਜੇ ਲਈ ਸੀ ਗੋਲੀ। ਨੀਂਦ ਦੀ ਕਹਿੰਦੇ ਨੀਂਦ ਨਹੀਂ ਆਉਂਦੀ, ਨੀਂਦ ਦੀ ਆਉਂਦੀ। ਕੋਈ ਕਿਸੇ ਦਾ ਫੋਨ ਆਇਆ ਹੋਵੇ ਜੀ? ਪਤਾ ਨਹੀਂ ਜੀ, ਫੋਨ ਦਾ ਮੈਨੂੰ ਤਾਂ ਪਤਾ ਨਹੀਂ, ਆਈ ਹੋ ਜਾਂਦੇ ਸੀ ਜੀ ਉਹਨਾਂ ਕੋਲ।
ਤੈਨੂੰ ਪਤਾ ਲੱਗਿਆ ਹੋਣਾ ਕਦੇ ਵੀ ਨਹੀਂ ਪਤਾ ਨਹੀਂ ਕੋਈ ਲੈਣ ਦੇਣ ਕਿਸੇ ਨਾਲ ਨਹੀਂ ਜੀ ਉਹ ਤਾਂ ਇਹ ਹੁੰਦੇ ਹੀ ਆ ਮਾੜੇ ਮੋਟੇ ਜੇ ਪਰ ਇਹਨਾਂ ਦੀ ਕਦੇ ਕੋਈ ਗੱਲ ਹੋਈ ਘੁਮਾਉਂਦੇ ਘੁਮਾਉਂਦੇ ਹੁੰਦੇ ਆ ਪੈਸੇ ਘੁਮਾ ਦਿੰਦੇ ਜੀ ਜਦੋਂ ਤੁਹਾਡੇ ਘਰ ਦੇ ਵਿੱਚ ਹੋਰ ਕੌਣ ਕੌਣ ਬਸ ਬੀਜੀ ਆ ਜੀ ਬੇਬੇ ਜੀ ਆ ਪਿਛਲੇ ਦਿਨ ਅੱਜ ਸਵੇਰੇ ਇਹ ਜਿਹੜਾ ਦੁੱਧ ਪਾਣ ਗਏ ਸੀ ਦੁੱਧ ਪਾ ਕੇ ਜਦੋਂ ਵਾਪਸ ਆਏ ਤਾਂ ਦੋ ਅਣਪਛਾਤੇ ਬੰਦਿਆਂ ਨੇ ਜਿਹੜਾ ਮੋਟਰਸਾਈਕਲ 'ਤੇ ਆ ਕੇ ਇਹਨਾਂ 'ਤੇ ਜਿਹੜਾ ਹੈਗੇ ਫਾਇਰਿੰਗ ਕੀਤੀ ਹੈ ਅਤੇ ਇਹਨਾਂ ਨੂੰ ਤੁਰੰਤ ਹੋਸਪਿਟਲ ਲੈ ਕੇ ਗਏ ਆ ਜਿੱਥੇ ਹੋਸਪਿਟਲ ਜਾ ਕੇ ਇਹਨਾਂ ਦੀ ਮੌਤ ਹੋ ਗਈ। ਅਸੀਂ ਮੌਕੇ ਦੀ ਜਿਹੜੀ ਤਫਤੀਸ਼ ਸਾਰੀ ਕਰ ਰਹੇ ਹਾਂ ਅਤੇ ਦੌਰਾਨੇ ਤਫਤੀਸ਼ ਜੋ ਸਾਡੇ ਸਾਹਮਣੇ ਆ ਰਹੀਆਂ ਗੱਲਾਂ ਅਸੀਂ ਵੱਖ ਵੱਖ ਐਂਗਲਾਂ ਤੋਂ ਉਹਨਾਂ ਨੂੰ ਘੋਖ ਰਹੇ ਹਾਂ ਅਤੇ ਜੋ ਵੀ ਸਾਹਮਣੇ ਆਉਂਦੀ ਅਸੀਂ ਰੰਜਸ ਦਾ ਮਾਮਲਾ ਲੱਗਦਾ ਕੋਈ ਮੁੱਢਲੀ ਜਾਂਚ ਅਸੀਂ ਸਾਰੇ ਐਂਗਲਾਂ ਨੂੰ ਅਸੀਂ ਕਰ ਰਹੇ ਹਾਂ ਟਰੇਸ ਵੀ ਕਿੱਧਰੋਂ ਗੱਲ ਕਿੱਧਰ ਨੂੰ ਜਾ ਸਕਦੀ ਹੈ ਉਹ ਸਾਰੇ ਅਸੀਂ ਐਂਗਲਾਂ ਤੋਂ ਇਹਨਾਂ ਦੇ ਪਰਿਵਾਰ ਨੂੰ ਵੀ ਪੁੱਛਗਿੱਛ ਕੀਤੀ ਹੈ ਪਿੰਡ 'ਚ ਵੀ ਅਤੇ ਬਾਕੀ ਹੋਰ ਵੀ ਅਸੀਂ ਐਂਗਲ ਜਿਹੜੇ ਹੈਗੇ ਸਾਰੇ ਪਰਿਵਾਰ ਉਹਨਾਂ ਨੇ ਕੀ ਕਿਹਾ ਜੀ ਇਸ ਗੱਲ ਬਾਰੇ ਪਰਿਵਾਰ ਵਾਲਿਆਂ ਦਾ ਹਾਲੇ ਤੱਕ ਇਹ ਕਿਹਾ ਵੀ ਸਾਡੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ ਅਤੇ ਪਰੰਤੂ ਜਿਹੜੀ ਐਡੀ ਵਾਰਦਾਤ ਹੋਈ ਹੈ ਉਹਦੇ ਬਾਰੇ ਤਸਦੀਕ ਕਰ ਰਹੇ ਹਾਂ ਅਸੀਂ ਜਲਦੀ ਤੁਹਾਨੂੰ ਕਿੰਨੇ ਰਾਊਂਡ ਚੱਲੇ ਨੇ ਜੀ ਉਹ ਗਿਣਤੀ ਉਹਦੀ ਕਰ ਰਹੇ ਹਾਂ।